ਸਾਰੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਰਣਦੀਪ ਸਿੰਘ ਨਾਮ ਹੈ ਤੇ ਪਿਆਰ ਦਾ ਨਾਮ ਮਾਰਦਾ ਮਿਲ ਵੀ ਦੇਸੀ ਜੁੜਦਾ ਹੋਇਆ ਰਵਿੰਦਰ ਭਾਰੀ ਸਰੀਰ ਹੈ ਤੇ ਉਮਰ ਵੀ ਬਹੁਤ ਜਿਹੜੀ ਸੁਨਾਵੇ ਦੀ ਖਿਡਾਰੀ ਦੀ ਭਲਵਾਨ ਕਹਿੰਦੇ ਖੇਡ ਕਬੱਡੀ ਮੈਦਾਨਾਂ ਦੇ ਵਿੱਚ ਬੋਲਿਆ ਹੋਇਆ ਧਾਰਾ ਤੇ ਪੁਆਇੰਟ ਜਿਹੜੇ ਇਸ ਵੇਲੇ ਨਵਜਨ ਗੱਭਰੂ ਸੈਂਤੋਂਗੀ ਦੀ ਧਰਤੀ ਦੇ ਖਿਡਾਰੀ ਆਪਣੀ ਟੀਮ ਦੇ ਦੋਸੀ ਜੋੜਦਾ ਹੋਇਆ ਦੱਤਾ ਫੂਰ ਪਿੰਡ ਕਹਿੰਦੇ ਰਾਜੂ ਨੇ ਪ੍ਰਸਿੱਧ ਗੀਤ ਦਾ ਗੀਤਕਾਰੀ ਖੇਤਰ ਦਾ ਬਹੁਤ ਵਧੀਆ ਨਾਮ ਹੈ ਮੇਰੇ ਵੀਰੋ ਉਹਨੂੰ ਚਾਰ ਯਾਤਰੀ ਨੇ ਕਿਹੜਾ ਨਵਜਨ ਗੱਭਰੂ ਸੈਂਤੋਂਗੀ ਦੀ ਧਰਤੀ ਦੇ ਸੁਨਾਵੇ ਦੇ ਖਿਡਾਰੀ ਨੂੰ ਪ੍ਰਵਾਨੀ ਕੀਤੀ ਕੀਤੀ ਹੈ ਦੂਜੇ ਪਾਸੇ ਜਾਖੀ ਤੇ ਪਰ ਪੁਆਇੰਟ ਜਿਹੜਾ ਗੁਰਵਿੰਦਰ ਸਿੰਘ ਆਪਣੀ ਟੀਮ ਦੇ ਜੋੜਦਾ ਹੋਇਆ ਪਾਵੀ ਨਵਜਨ ਅਗਲੀ ਕਬੱਡੀ ਖੇਡ ਕਬੱਡੀ ਮੈਦਾਨ ਦੇ ਵਿੱਚ ਕੀ ਮੰਗੀ ਬੱਗੇ ਦੀ ਪਗੜ ਕਮਾਲ ਕਰਦੀ ਪੂਰੀ ਦੁਨੀਆ ਦੇ ਲੋਕ ਇਹ ਨਾ ਰੱਖੀ ਗੋਗੋ ਰੁਕੀਏ ਅੜਦਰ ਨਾਲ ਵਾਂਗੂ ਨੰਗਰ ਅੰਬੀਆਂ ਦਾ ਸੰਦੀਪ ਆ ਥੰਮ ਜਾਂਦੀ ਰਵਿੰਦਰ ਕਾਲਵਾ ਪਿੰਡੂ ਦਲਾਲ ਵਰਗੇ ਕਰਵਾਈ ਜਾਂਦੇ ਨੇ ਬਹੁਤੀ ਧੰਨ ਧੰਨ ਜਾਂਦੀ ਰੁਕੀ ਪੜਾਲ ਦੀ ਧਰਦੇ ਸ਼ੇਰ ਵਰਗੀ ਜਲਾਲ ਦੁਨੀਆ ਪਾਲਾ ਇੱਕ ਨੰਬਰ ਵੱਧ ਜਾਂਦੀ ਕੰਨ ਛੱਡਦੇ ਗੁਜਰ ਸਰਾਂਟੀ ਆਹ ਜੂਰੀ ਬੇਨਤੀ ਹੈ ਜੀ ਆਪਣੇ ਮਿਹਨਤਾਂ ਦੇ ਮੁੱਲ ਪੈਣੇ ਆ ਉਧਰ ਦੇਖੋ ਫੜਿਆ ਹੋਇਆ ਗੁੱਟਾ ਹੈ ਬੱਜੀ ਹੋਈ ਜੰਗੀ ਆ
गगनदीप सिंह आते हैं इसमें लाल तगड़ा जंपा पॉइंट अपनी टीम के जैसे एडजस्ट कर रहा है देखो मार्शल ने लंगे आना लंगे की थी मार्शल के मारवा क्लब मानू के संधु के बाबा खुशहाल क्लब मानू के गेल राणा क्लब कपूरे ते शमशेर क्लब कमालपुर मुंडे बीतिया ये टीम में जो प्लेयर रहते दिन सार खेड कबड्डी ग्राउंड के नाल जुड़ते हैं तो सब इस वे लग जाने क्या मिला था भूल की धरती का खेड कबड्डी मैदान में चे बोलता हुए तारा मेरी भी हूँ कि राज्य तक तक रूम भी ये भूखा होना थोड़े बहुत होने मेरे भाई का नहीं होना तो आप इसको ना बोलने का कुछ तक भूल की धरती का कि एक ही टाइम बंदी उठे हम जो होता जो दबाव होता है बंदा मेरे भाई का नहीं हुई राज्य तक तक भूल के निश्चय के रहना मेरी भी हूँ लंगे आना मस्जिद देखो मैच समाप्त है हमने साड़ी जिंदगी का बहुत सितार भी वीर खेड कबड्डी ग्राउंड में भी जुटेगा हमने रोको भारतों के बीच लगने आना मार्ची जी रोको लड़ने की थी मार्ची के भारवा क्लब मानू के संधु के बाबा खुशहाल क्लब मानू की गेंद राणा क्लब कपूरे ते शमशेर क्लब कमालपुरा हरपन भाई का खेड कबड्डी ग्राउंड की गल करेगा हमने लड़को भी साड़ी जिंदगी का सराज भी खेड कबड्डी ग्राउंड के जरिए हाँ खेड कबड्डी की बात होगा उस वीर को भी बाबा खुशहाल क्लब खेल ये टीम भी जमीना ग्राउंड के बच्चे आ जाए शमशेर क्लब कमालपुरा राणा क्लब बहुत ये भी टीम जमीना ग्राउंड के बच्चे आ जाए तो इतने पास है देखना भी स्टेम भी लोड़कों की धरती का कबड्डी पाउंड भी खेल के मैदान के चबदे हुए हैं ਕਸੂੜਿਆ ਨਹੀਂ ਉਹਦੀ ਸਾਥ ਤੇਰੀ ਜਿਹੜੇ ਪਿੰਡ ਦਾ ਜੋ ਦਾ ਕਹਿੰਦੇ ਕਮਾਲ ਦਾ ਲਿਖਦਾ ਹੈ ਕਿ ਜੋ ਸੁਰੋਸ ਤਕਨੀਕ ਦੀ ਅੱਜ ਕੱਲ ਖੇਡ ਕਬੱਡੀ ਵੀ ਮੇਰੇ ਜੋਰ ਵਾਲੇ ਨੂੰ ਕਾਫੀ ਢਾਈ ਲੈਂਦੇ ਨੇ ਤਾਂ ਵਰਗੀ ਤੇਜ਼ ਨਿਗਾਹ ਜਿਹੜੇ ਰੇਟਰਾਂ ਦੀ ਉਹ ਪਤਾ ਨਹੀਂ ਲੱਗਦਾ ਕਦੋਂ ਟੱਚ ਲਾਈ ਜਾਂਦੇ ਨੇ ਕਿ ਲੰਗੀ ਵਾਲੇ ਜੋਧੇ ਦੇ ਚਾਰ ਜਵਾਨੀ ਦੇ ਜੋ ਸਾਹਮਣੇ ਦਾ ਉਹ ਹਰ ਮਨਾਲ ਸਾਈ ਜਾਂਦੇ ਨੇ ਇਧਰੇ ਪਾਸੇ ਦੇਖਦੇ ਵੀ ਧਾਵੀ ਦਾ ਧਾਵਾ ਮੇਰੇ ਵੀ ਤੋਂ ਜਾਫੀ ਕੋਸ਼ਿਸ਼ ਕਰਦਾ ਹੈ ਟਰਾਈ ਕਰਦਾ ਪਰ ਕੋਈ ਧਾਵੀ ਦੇ ਬਾਲਟੀ ਉਹ ਬਾਲਟੀ ਭਾਈ ਪ੍ਰੇਰਨ ਬੇਨਤੀ ਹੈ ਕਿ ਜਦੋਂ ਮੂੰਹ ਦੇਖਣਾ ਜੀ ਖੇਡ ਗਿਆ ਬਾਹਰ ਆ ਕੇ ਫੇਰ ਅੰਦਰ ਜਾਣਾ ਮਤਾ ਫੇਰ ਹੀ ਦੇਖਣਾ ਆਪ ਸਟੇਜ ਦੇ ਮੂਹਰੇ ਬਾਹਰ ਨਾ ਹੋ ਜਾਓ ਕੋਈ ਪ੍ਰੇਰਨ ਆ ਜਾਓ ਭਾਈ ਬਾਹਰ ਆ ਜਾਓ ਬਾਹਰ ਆ ਜਾਓ ਬਾਹਰ ਫਿਰ ਉਹਦੇ ਚ ਮੇਰੇ ਮੇਰੇ ਗੁਆਂ ਤੇ ਸਮਾਉਂਦਾ ਧਾਵੀ ਦਾ ਪੁਆਇੰਟ ਲੋਕੋ ਦੀ ਟਿਕਟਾ ਕਬੱਡੀ ਦਾ ਮੈਚ ਗਿਆ ਉਹ ਕਮਰੇ ਚ ਆ ਵੜੇ ਦਾ ਮੈਚ ਦਾ ਸੱਤਾ ਖੇਡ ਦੇ ਮੈਦਾਨ ਵਿੱਚ ਲੰਗੀਆਂ ਦੀ ਧਰਤੀ ਆ ਮੇਰੇ ਵੀਰੋ ਗੁਰਮੁਖ ਸਿੰਘ ਕਬੱਡੀ ਪਾਉਣ ਦੇ ਲਈ ਪੜਿਆ ਹੋਇਆ ਤੇ ਦੂਸਰੇ ਪਾਸੇ ਕਾਲੇ ਦੀ ਟਾਈ ਹੈ ਔਰ ਪੁਆਇੰਟ ਮੇਰੇ ਵੀਰੋ ਗੁਰਮੁਖ ਸਿੰਘ ਲੰਗੇ ਦੇ ਪਿੰਡ ਦਾ ਆਪਣੀ ਟੀਮ ਦੇ ਹਿੱਸੇ ਚੱਲ ਵੀ ਮੇਸੀ ਨੌਜਵਾਨ ਹੈ ਆ ਕਬੱਡੀ ਆਪਣੇ ਆਪਣੇ ਉੱਪਰ ਆ ਕਾਹੀ ਇਹ ਮੌਕਾ ਨਾ ਕਿ ਸਟੇਜ ਦੇ ਮੂਹਰੇ ਬਹੁਤ ਹਾਲ ਚਲਾ ਨਾ ਬੋਲੋ ਅਸੀਂ ਇੱਕ ਮਿੰਟ ਦੇਖਣ ਦੀ ਨਾ ਨਾ ਪੁੱਛਣ ਦੀ ਕੱਟਣ ਦੀ ਜਵਾਬ ਸਾਹਿਬ ਕਰਵਾ ਰਹੇ ਸਟੇਜ ਨੰਬਰ ਬਹੁਤ ਆ
ਖਿਆਲਾਂ ਵਿੱਚ
ਅੱਖਾਂ ਵਿੱਚ ਜਿੱਤ ਦਾ ਜਨੂਨ ਜਿਵੇਂ ਸਿਰਾਂ ਤੇ ਖੜਦੇ ਪਿਆਰ ਸੋਹਣੀ ਸਿਹਤ ਦਾ ਸੁਨੇਹਾ ਦਿੰਦੇ ਇਹਨਾਂ ਉੱਤੇ ਹੱਥ ਰੱਖੀ ਰੱਬਾ ਇਹਨਾਂ ਦੇ ਸੱਤਾ ਚਹਿਲ ਨੂੰ ਅਰਦਾਸ ਕਰੀ ਕਿ ਸੱਟ ਵੱਜੇ ਨਾ ਕਦੇ ਪਲੇਰਾਂ ਦੀ ਕਿ ਸੱਟ ਵੱਜੇ ਨਾ ਕਦੇ ਪਲੇਰਾਂ ਦੀ ਅਗਲੀ ਕਬੱਡੀ ਗਿਰੀਓ ਆਹ ਵੇਖੋ ਗੁਰਬਖਸ਼ ਸਿੰਘ ਸਿੱਖ ਸਰਦਾਰ ਦੀ ਖੇਡ ਦੇ ਮੈਦਾਨ ਵਿੱਚ ਕਬੱਡੀ ਪੈ ਰਹੀ ਹੈ ਤੇ ਕਰਨ ਵਾਸਤੇ ਪੰਥ ਦੀ ਧੌਲ ਉੱਚੀ ਪਾਲੀ ਪੰਥ ਦਾ ਕੰਮ ਮਹਾਨ ਕਰ ਗਿਆ ਐਸਾ ਨਾਟਸੀ ਬਚਿੱਤਰ ਖੇਲ ਗਿਆ ਕਿ ਸਾਰੀ ਦੁਨੀਆ ਦੇ ਤਾਈ ਹੈਰਾਨ ਕਰ ਗਿਆ ਭੇਜ ਦਿੱਲੀ ਦੇ ਚਾਂਦਨੀ ਚੌਂਕ ਅੰਦਰ ਪਿਆਰੇ ਪਿਤਾ ਜੀ ਤਾਈ ਕੁਰਬਾਨ ਕਰ ਗਿਆ ਕਿ ਪੋਤਾ ਵਾਲਿਓ ਪੋਤਾ ਵੱਲ ਨਜ਼ਰ ਮਾਰੋ ਕਿ ਪਿਤਾ ਹੱਸ ਕੇ ਪੁੱਤਾਂ ਦਾ ਦਾਨ ਕਰ ਗਿਆ ਜਦੇ ਮੈਚ ਦੀ ਸਮਾਪਤੀ ਹੈ ਲੰਗੀਆਂ ਦੀ ਟੀਮ ਚਾਹੁੰਦੇ ਮੈਚ ਦੀ ਜੇਤੂ ਟੀਮ ਹੈ ਜੀ ਲੰਗੀਆਂ ਦੀ ਜ਼ਰੂਰਤ ਹੈ ਜਾਂ ਕਿ ਸਕ ਸਕਦਾ ਸੱਚੇ ਪਾਤਸ਼ਾਹ ਦੀ ਸਮਾਗਮ ਤੇ ਫਿਰ ਵੀ ਇਸ ਖੇਡ ਦੇ ਮੈਦਾਨ ਵਿੱਚ ਅਗਲੀਆਂ ਵੱਡੀਆਂ ਹਵਾਈ ਸਾਡਾ ਵੀਰ ਅਮਨ ਲੋਕੋ ਜੀ ਧੰਨਵਾਦ ਹੈ ਉਸ ਪਰਮਾਤਮਾ ਦਾ ਜਿਹਨੇ ਮਿੱਟੀ ਦੇ ਜਿਸਮ ਨੂੰ ਜਾਨ ਬਖਸ਼ੀ ਕੁਝ ਸੋਚਣ ਦੇ ਲਈ ਦਿਮਾਗ ਦਿੱਤਾ ਤੇ ਕੁਝ ਬੋਲਣ ਦੇ ਲਈ ਜਵਾਬ ਬਖਸ਼ੀ ਇੱਕ ਵਤਨ ਸਾਨੂੰ ਪਹਿਚਾਣ ਦਿੱਤਾ ਉਹ ਵਤਰੀ ਸਾਨੂੰ ਪਹਿਚਾਣ ਬਖਸ਼ੀ ਜਿੱਥੇ ਜਾਈ ਦਾ ਲੋਕ ਸਤਿਕਾਰ ਕਰਦੇ ਨੇ ਗੁਰੂ ਨਾਨਕ ਨੇ ਇੰਨੀ ਇਸ਼ਾਨ ਬਖਸ਼ੀ ਬਾਬੇ ਨਾਨਕ ਨੇ ਇੰਨੀ ਇਸ਼ਾਨ ਬਖਸ਼ੀ ਪੰਜਾਬ ਦੀ ਧਰਤੀ ਗੁਰਮਤ ਪੀਰਾਂ ਦੀ ਧਰਤੀ ਹੈ ਇਹ ਧਰਤ ਮਾਲਵੇ ਦੀ ਮਹਿਕਲ ਦੀ ਰਾਣੀ ਹੈ ਇੱਥੇ ਮੇਰਿਆਂ ਨਾਵਾਂ ਦੀ ਇੱਕ ਰੀਤ ਬਾਣੀ ਹੈ ਉਹ ਧਰਤ ਮਾਲਵੇ ਦੀ ਮਹਿਕਲ ਦੀ ਰਾਣੀ ਹੈ ਇੱਥੇ ਮੇਰਿਆਂ ਨਾਵਾਂ ਦੀ ਇੱਕ ਰੀਤ ਬਾਣੀ ਹੈ ਜਿਹੜੇ ਮੋਟੇ ਦਾ ਆਸ਼ਿਕ ਹੈ ਪਿੰਡ ਬੜਾ ਮਸ਼ਹੂਰ ਹੈ ਕਬੱਡੀ ਜੰਗ ਦੇ ਵਿੱਚ ਗੁਰੂ ਸਾਹਿਬ ਕਬੱਡੀ ਦਾ ਖੇਡ ਮੇਲਾ ਤੁਸੀਂ ਵੇਖਦੇ ਹੋ ਆਹ ਕਬੱਡੀ ਦਾ ਮੈਚ ਜਿਹੜਾ ਸ਼ੁਰੂ ਜਾ ਰਿਹਾ ਲੰਡੇਗੀ ਤੇ ਮਾਸ਼ੀਕੇ ਦੀਆਂ ਟੀਮਾਂ ਦੇ ਦਰਮਿਆਨ ਦੋਨੋਂ ਟੀਮਾਂ ਦੇ ਕੋਈ ਪਿੱਛੇ ਹੋਣੇ ਤਾਂ ਗਰਾਊਂਡ 'ਚ ਨਹੀਂ ਆਉਂਦੇ ਮੇਰੀ ਬਹੁਤ ਵੱਡਾ ਨਾਂ ਹੈ ਉਹ ਸਾਡੇ ਵੀਰਾਂ ਕੇ ਸੰਪਰਕ ਆ ਗਰਾਊਂਡ ਦੇ ਵਿੱਚ ਅੱਜ ਦੇ ਇਸ ਕਬੱਡੀ ਟੂਰਨਾਮੈਂਟ ਦੇ ਲਈ ਇੱਕ ਜਿਹੜੇ ਯੋਗੇ ਦੇ ਵਿੱਚ ਹੈ ਪਹਿਲੀ ਕਬੱਡੀ ਪਾਉਣ ਦੇ ਲਈ ਇਸ ਲਈ ਗਵਿੰਦਾ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਕਿ ਜਿਵੇਂ ਭਰਤੀ ਨੇ ਪੰਛੀ ਉਡਾਰੀ ਸਮਾਨਾਂ ਵਿੱਚ ਉਹਨੇ ਭਰਤੀ ਖਿਡਾਰੀ ਨੇ ਉਡਾਰੀ ਮੈਦਾਨਾਂ ਵਿੱਚ ਪਰ ਕੇ ਜਾਣੇ ਦੀ ਜੋ ਜਵਾਨਾਂ ਵਿੱਚ ਅੱਜ ਸਾਰਿਆਂ ਦੇ ਸਾਹਮਣੇ ਜਦ ਵਾਂਗੂ ਜੰਮੂ ਆ ਕੇ ਅੱਜ ਨਾਰੇ ਦੇ ਸਾਹਮਣੇ ਅੱਜ ਕਹਿੰਦੇ ਮਸ਼ਹੂਰ ਕਬੱਡੀ ਖਿਡਾਰੀ ਵੀ ਜਿਹੜੇ ਪਹੁੰਚੇ ਹੋਏ ਹੈ ਇਸ ਧਰਤੀ ਨੇ
ਇਸ ਵੇਲੇ ਪੰਜਵੀਂ ਸਿੱਖ ਨਾਲ ਹੈ ਮਾਰੂਗੇ ਗੇਲਾ ਵਾਲਾ ਗੱਭਰੂ ਖੇਡ ਮੈਦਾਨ ਦੇ ਵਿੱਚ ਪੁਆਇੰਟ ਇਸ਼ਾਰਾ ਫੀਸ਼ਰ ਦਾ ਵੀ ਪੰਜਵੀਂ ਸਿੱਖ ਮਾਰੂਗੇ ਗੇਲਾ ਵਾਲਾ ਇਸ ਵੇਲੇ ਰਾਗੇ ਜਫਾ ਮਾਰੂਗੀ ਗਿੱਲਾ ਦੀ ਟੀਮ ਦੇ ਸੀ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਮਾਨਵੀ ਸਿੰਘ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਸੂਰਜ ਦੇਵਤਾ ਕਹਿੰਦੇ ਆਪਣੀ ਗਰਮੀ ਦਾ ਪ੍ਰਦਰਸ਼ਨ ਕਰ ਰਿਹਾ, ਇਹ ਖਿਡਾਰੀ ਆਪਣੀ ਸ਼ਕਤੀ ਦਾ ਆਪਣੇ ਜ਼ੋਰ ਦਾ ਪ੍ਰਦਰਸ਼ਨ ਕਰ ਰਿਹਾ ਖੇਡ ਮੈਦਾਨ ਦੇ ਵਿੱਚ। ਮਾਨਵੀ ਸਿੰਘ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਿਆ ਤੇ ਗਵਿੰਦਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਚਾਰ ਜਾਫੀ ਚਾਰ ਨੇ ਆ ਗਿਆ ਖਿਡਾਰੀ ਦੇ ਕੋਲ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਯਾਰ ਬਾਲੀਆਂ ਸ਼ਿਕਾਰੀਆਂ ਲੱਗੂ ਕੰਮ ਰਾਤ ਵਿੱਚ ਜੋਰ ਜੋਰ ਟੇਹਦੀਆਂ ਕਬੱਡੀ ਤੋਂ ਵੀਰਾ ਬਣ ਜੇ ਜਿਹਨੂੰ ਲੱਗ ਜੇ ਕਬੱਡੀ ਦਾ ਨਾ ਚਹਿਨੇ ਦੇ ਨਾਂ ਦੇ ਨਾਲ ਜਾਣਾ ਜਾਂਦਾ ਰਾਫੀ ਭਰੀਆਂ ਹੋਈਆਂ ਬਗਲਾ ਕਹਿੰਦੇ ਆਹ ਸਾਇਲ ਦੇ ਨਾਲ ਕੋਲ ਵਾਲੇ ਫੁੱਲਦੀ ਨੇ ਦੁਨੀਆਂ ਬਣਾਈ ਹੈ ਮੇਰੀ ਵੀਰੋ ਨਾ ਉਸੇ ਲਈ ਚਾਹਨਾ ਮਾਰੂ ਕੇ ਵਾਲਾ ਆਪਣੀ ਟੀਮ ਦੇ ਹਿੱਸੇ ਮਾਰੂ ਕੇ ਗਿੱਲਾ ਵਾਲਾ ਵਰਜਨ ਪੁਆਇੰਟ ਜੋੜਦਾ ਹੋਇਆ ਪਹੁੰਚਣਗੇ। ਇਧਰ ਮਾਨੂਗੀ ਗੱਲਾਂ ਵਾਲੇ ਵੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਿਆ। ਸਮੁੱਚੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ, ਗਾਂਧੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਵੱਡੇ ਯੋਗਦਾਨ ਪਾਏ ਹੈ। ਅੱਜ ਇਸ ਖੇਡ ਲਈ ਇਸ ਵੇਲੇ ਕੋਈ ਹੋਈ ਕਬੱਡੀ ਮਾਰੂ ਕੇ ਸਦਾ ਵਾਲੇ ਗੱਭਰੂ ਦੀ ਮੈਂ ਧਿਆਨਾ ਸਾਹਿਬ ਦੀ ਧਰਤੀ ਦੇ ਲਈ ਬੜਾ ਮਸ਼ਹੂਰ ਪਿੰਡ ਹੈ ਤੇ ਦੂਸਰੇ ਪਾਸੇ ਮਾਰੂ ਕੇ ਗਿੱਲਾਂ ਦੇ ਵੀ ਪ੍ਰਸਿੱਧ ਖਿਡਾਰੀਆਂ ਨੂੰ ਜਨਮ ਦਿੰਦਾ ਹੈ। ਗੱਲ ਸਮੇ ਸਮੇ ਦੀ ਮੇਰੇ ਵੀਰੋ ਇਹ ਵੀ ਨਵਜੀਤ ਕਨੇਡਾ ਦੀ ਵਿਸ਼ੇਸ਼ ਕਬੱਡੀ ਕਲੱਬ ਕੈਲਗਰੀ ਦੀ ਟੀਮ ਵੱਲੋਂ ਖੇਡਿਆ ਮਜ਼ਬੂਤ ਆਪਣੀ ਟੀਮ ਦੇ ਹਿੱਸੇ ਲੱਖਾਂ ਦਾ ਪੁਆਇੰਟ ਹਰਜਾਸ ਕਰਦਾ ਹੋਇਆ ਸਾਰੇ ਪੁੱਜੀ ਹੋਈ ਰੱਬ ਵਰਗੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਕਸ਼ਮੀਰ ਇੰਨੀ ਗਰਮੀ ਦੇ ਵਿੱਚ ਕਬੱਡੀ ਦੇਖਣ ਪੁੱਜੇ ਹੈ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਇਸ ਲਈ ਮੈਫੀ ਕਬੱਡੀ ਦੀ ਲੱਗਿਆ ਹੋਇਆ ਲੱਤੀ ਲੱਗ ਤੇ ਪੁਆਇੰਟ ਜਿਹੜਾ ਗਰਾਫੀ ਦਾ ਕਮਾਲਪੁਰਾ ਤੇ ਰਾਣਾ ਕਲੱਬ ਕਪੂਰੇ ਇਹ ਦੋਨੋਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚਣ।
ਮੀਨੀਆਂ ਦੇ ਮੂੰਹ ਵਿੱਚ ਉਹਨਾਂ ਦੇ ਚਾਨਣਾ
ਰਾਣਾ ਕਾ ਬਾਦ ਅਤੇ ਵਿਸ਼ਵੇਸ਼ ਕਾ ਮਾਨੂ ਕੇ ਸਤਰੂ ਇਹ ਵੀ ਟੀਮਾਂ ਦੇ ਖੇਲ ਜਲਦੀ ਨਾਲ ਖੇਲ ਮੈਦਾਨ ਵਿੱਚ ਹੋ ਜਾਣ ਤਾਂ ਕੋਈ ਵੀ ਕਬੱਡੀ ਸ਼ਾਮਿਲ ਕਰੂਗੀ। ਇਸ ਲਈ ਕਹਿੰਦੇ ਦੀਪ ਨੇ ਕਬੱਡੀ ਪਾਈ ਹੈ ਚਾਰ ਜਾਫੀਆਂ ਦੇ ਵਿੱਚ ਮਾਰਟ ਦੇ ਟਹਣਾ ਕਹਿੰਦੇ ਜੋਰ ਪਰਖੇ ਜਾ ਰਹੇ ਹੈ ਉਧਰ ਵਿਰੋਧ ਸਿੰਘ ਜੀ ਪਿੰਡ ਵਾਸੀ ਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨਾਂ ਦੀ ਵਧੀਆ ਕਬੱਡੀ ਖੇਡੀ ਹੈ ਆਪਣੇ ਸਮੇਂ ਦੇ ਵਿੱਚ ਕਲੱਬ ਦੇ ਮੈਂਬਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਿਲਕੁਲ ਆਸ਼ੀਕੇ ਜੀ। ਸ਼੍ਰੀ ਕਹਿੰਦੇ ਨੌਜਵਾਨ ਗੱਭਰੂ ਗਗਨ ਦੀ ਵਾਰਤ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਕਮਾਲਪੁਰਾ ਤੇ ਰਾਣਾ ਕਾ ਟੁੱਟੂਰੇ ਇਹ ਦੋਨੋਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਵਿੱਚ ਹੋ ਜਾਣ ਕਮਾਲਪੁਰਾ ਤੇ ਰਾਣਾ ਕਾ ਟੁੱਟੂਰੇ ਦੀਆਂ ਟੀਮਾਂ ਦੇ ਮੈਚ ਲਈ ਜਲਦੀ ਨਾਲ ਖੇਡ ਮੈਦਾਨ ਵਿੱਚ ਪਹੁੰਚਣਗੀਆਂ ਤੇ ਵਾਰਡ ਇਸ ਲਈ ਧਾਮੀ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਰਾਜ ਨੰਡੇ ਕੇ ਵਾਲਾ ਮਿਲ ਗਏ ਗੋਪੀ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਇੱਕ ਸਰੰਗੀਪੁਰ ਦਾ ਮਸ਼ਹੂਰ ਹੈ ਤੇ ਇੱਕ ਗੋਪੀ ਕਹਿੰਦੇ ਜੀ ਧੂਣ ਰੋਟੀਆਂ ਮਸ਼ਹੂਰ ਹੈ ਤੇ ਸਾਹਮਣੇ ਇਸ ਵੇਲੇ ਰਾਜਨ ਦੀ ਬੜੀ ਹੋਈ ਕਬੱਡੀ ਆਸ਼ੀ ਕੇ ਪਿੰਡ ਦਾ ਜਾਫੀ ਕਰਦਾ ਤਰਾਈ ਤਾਂ ਵੇਖੋ ਸਾਹਮਣੇ ਇਹ ਪੁਆਇੰਟ ਕਹਿੰਦੇ ਗੋਪੀ ਨੇ ਆਪਣੀ ਟੀਮ ਦੇ ਸਹਿਯੋਗ ਦਿੱਤਾ ਹੈ ਦੀਪ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਦੀਪ ਪਾਉਂਦਾ ਹੋਇਆ ਕਬੱਡੀ ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ ਤਾਂ ਹੀ ਉਹਨਾਂ ਮਿਲਿਆ ਵੀ ਵਿਸ਼ਾਲ ਕਬੱਡੀ ਨੂੰ ਇਸ ਲਈ ਕੀਤੀ ਉਡਾਈ ਨੌਜਵਾਨ ਦੀ ਮੈਦਾਨ ਵਿੱਚ ਵੇਖੋ ਸਾਹਮਣੇ ਆਪਣੀ ਟੀਮ ਦੇ ਸਹਿਯੋਗ ਤੇ ਰਾਣਾ ਕਲੱਬ ਕਪੂਰੇ ਇਹ ਦੋਨੋਂ ਟੀਮਾਂ ਤਿਆਰ ਹੈ ਇਸ ਤੋਂ ਬਾਅਦ ਮੀਨੀਆ ਦੇ ਹੋਮ ਝੋਟਾ ਤੇ ਚਾਦਰਵਾ ਰਾਣਾ ਕਲੱਬ ਬਹਾਦਰ ਤੇ ਵਿਸ਼ਵੇਸ਼ ਕਲਾ ਮਾਨੂ ਦੇ ਸੰਧੂ ਇਹ ਸਾਰੀਆਂ ਟੀਮਾਂ ਆਪਣੇ ਮੈਚਾਂ ਦੇ ਅਨੁਸਾਰ ਫਿਰ ਮਹਾਰਾਜ ਤੱਕ ਇਹ ਫੈਸਲਾ ਪਾਉਣ ਦੀ ਸਾਹਿਬ ਸੇ ਜੁੜਦਾ ਹੈ ਅਗਲੀ ਕਬੱਡੀ ਫਿਰ ਇਸ ਲਈ ਆਉਂਦੇ ਪਾਉਣ ਦੇ ਲਈ ਫਿਰ ਮਾਲ ਦੇ ਵਿੱਚ ਵਧਾ ਹੋਇਆ ਉਧਰ ਪੈ ਗਈ ਪੁੱਠੀ ਪਰ ਨੌਜਵਾਨ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਬਿਲਕੁਲ ਵਧਾ ਹੋਇਆ ਅੱਜ ਕਹਿੰਦੇ ਵਿਸ਼ੇਸ਼ ਤੌਰ ਤੇ ਕਬੱਡੀ ਦੇ ਸਾਰ ਦੇ ਇਹਨਾਂ ਦੇ ਮਾਨ ਸਨਮਾਨ ਕੀਤੇ ਜਾਣੇ ਹੈ ਇਸ ਖੇਡ ਮੇਲੇ ਦੇ ਕਬੱਡੀ ਦੇ ਸਾਰ ਦੇ ਇਹਨਾਂ ਦੇ ਮਾਨ ਸਨਮਾਨ ਕੀਤੇ ਜਾਣੇ ਹੈ ਇਧਰ ਨੌਜਵਾਨ ਗੱਭਰੂ ਬੇਬੀ ਨੂੰ ਫਾਸ਼ੀ ਕੇ ਵਾਲਾ ਕਰਦੇ ਟਾਈ ਖੇਡ ਮਾਲ ਦੇ ਵਿੱਚ ਲੱਗਿਆ ਪਿਆ ਜ਼ੋਰ ਕਿ ਪੁਆਇੰਟ ਇਸ ਲਈ ਧਾਮੀ ਦੇ ਹਿੱਸੇ ਜੁੜਦਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਦੀਪ ਫਿਰ ਮੈਦਾਨ ਦੇ ਵਿੱਚ ਵਾਧਾ ਹੋਇਆ ਇਹ ਵੀ ਟੀਮਾਂ ਦੇ ਪਲੇਅਰ ਅਗਲੇ ਮੈਚ ਲਈ ਤਿਆਰ ਰਹਿਣਗੇ ਬਿੱਟੂ ਸੈਦੋਗੀ ਵਾਲਾ ਵੀ ਮੇਰੇ ਨਾਲ ਖੇਡ ਗਰਾਊਂਡ ਦੇ ਵਿੱਚ ਆ ਕੇ ਸਤਿਕਾਰ ਕਰੀ ਬਿੱਟੂ ਸੈਦੋਗੀ ਵਾਲਾ ਸਾਡਾ ਸਾਥੀ ਕਮੈਂਡੈਂਟ ਕਮੈਂਡੈਂਟ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਤਿਕਾਰ ਲਹਿਰਾਂ ਦੀ ਨਾਲ ਹਰਮਨ ਟਾਇਰ ਕਲਾ ਸਾਰੀ ਹਿੰਮਤ ਵਾਲਾ ਬਿੱਟੂ ਸੈਦੋਗੀ ਵਾਲਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈ ਇੱਧਰ ਵੀਰ ਦੇ ਦੂਸਰੇ ਪਾਸੇ ਪ੍ਰਕਾਸ਼ੀ ਲੰਡੇ ਕੇ ਵਾਲਾ ਜਿੱਥੋਂ ਦਾ ਕਾਲਾ ਮਸ਼ਹੂਰ ਹੈ ਉਸੇ ਪਿੰਡ ਦਾ ਜਾਫੀ ਨਾਲ ਤਕੜਾ ਦਫਾ ਪੁਆਇੰਟ ਆਪਣੀ ਟੀਮ ਦੇ ਜੋੜ ਗਿਆ ਮੈਚ ਸਮਾਪਤ ਹੈ ਸਿੰਘ
ਸ਼ਹਿਰ ਕੀਤੀ ਦੇ ਜ਼ਰੀਏ ਕਪੂਰੀ ਪਿੰਡ ਦਾ ਗੇਜੀ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਬੱਡੀ ਦਾ ਮਹਾਕੁੰਭ ਬੜਾ ਮਸ਼ਹੂਰ ਹੈ ਪੰਜਾਬ ਦੇ ਵਿੱਚ ਆਪਦੇ ਖੇਡ ਮੇਲਿਆਂ ਦੇ ਵਿੱਚ ਅੱਜ ਭਾਵੇਂ ਪਿੰਡ ਪਿੰਡ ਕੱਪ ਹੋਣ ਲੱਗ ਗਿਆ ਹੈ ਪਰ ਕਮਾਲਪੁਰ ਦੇ ਟੂਰਨਾਮੈਂਟ ਨੂੰ ਦੁਨੀਆ ਦੇਖਣ ਦੇ ਲਈ ਦੂਰ ਦੂਰ ਤੋਂ ਹੋ ਗਈ ਹੈ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਆਯੋਜਿਤ ਖੇਡ ਮੈਦਾਨ ਦੇ ਵਿੱਚ ਇਸ ਲਈ ਵਾਧਾ ਹੋਇਆ ਬੀਨੀਆਂ ਤੇ ਮੂੰਗੀਆਂ ਟੀਮਾਂ ਅਗਲੇ ਮੈਚ ਵੀ ਤਿਆਰ ਰਹਿਣ ਬੀਨੀਆਂ ਤੇ ਮੂੰਗੀਆਂ ਟੀਮਾਂ ਉਸ ਤੋਂ ਬਾਅਦ ਝੋਲਾ ਤੇ ਚਾਂਦਨਾਵਾ ਇਹ ਵੀ ਟੀਮਾਂ ਦੇ ਕਰਨ ਬਹੁਤ ਦੇ ਮਾਨੂਗੇ ਸੰਧੂ ਮਨਦੀਪ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਆਪਣੀ ਟੀਮ ਦੇ ਸਿਰਖਾ ਜਾਂ ਵਾਰਡ ਜੁੜਦਾ ਹੋਇਆ ਜੱਸਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਇਸ ਲਈ ਜੱਸਾ ਕਬੱਡੀ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਗਏ ਜੀ ਪੂਰੇ ਵਾਲਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਲੱਖਿਆਂ ਦੀ ਭੁੱਖ ਦੇ ਕਬੂਤਰ ਸ਼੍ਰੀ ਰਾਮ ਨੂੰ ਚੁੰਮਦੀ ਹੈ ਜਿੱਤ ਪੈਰ ਆਣ ਕੇ ਖੇਡ ਨੂੰ ਵੇਟ ਵਾਰ ਦੇ ਜੰਗਲ ਦੇ ਵਿੱਚ ਜਾ ਕੇ ਜੇ ਹੋਰ ਮਜ਼ਬੂਤ ਅੱਡੀਆਂ ਕਰਦੇ ਮਿਹਨਤ ਦਾ ਖੁਰਾਕਾ ਖਾਂਗੇ ਕਿ ਮਾਰ ਲਿਆ ਮੱਲਾਂ ਵੱਡੀਆਂ ਕਰਦੇ ਮਿਹਨਤ ਦਾ ਖੁਰਾਕਾ ਖਾਂਗੇ ਹੋਲੀਆਂ ਕਿ ਮਾਰ ਲਿਆ ਮੱਲਾਂ ਵੱਡੀਆਂ ਜਿੰਦਰੀ ਕਬੱਡੀ ਪਾਉਣਾ ਹੋਇਆ ਕਮਾਲਪੁਰੀ ਦੀ ਧਰਤੀ ਨਾਲ ਮਿਲ ਗਈ ਜਿੰਦਰੀ ਦੀ ਪੈਸੀ ਕਬੱਡੀ ਹੈ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਝੋਲਾ ਦੇ ਚਾਂਦਨਾਵਾ ਰਾਣਾ ਕਲਾਬਾਦ ਤੇ ਦਸ਼ਮੇਸ਼ ਵਾਲਾ ਮਾਣੂਗੇ ਸੰਧੂ ਇਹ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਣ ਆਪਣੀ ਟੀਮ ਦੇ ਹਿੱਸੇ ਐਡਜਸਟ ਕਰ ਦਿੱਤਾ ਹੈ ਜੱਸਾ ਕਮਾਲ ਉਰੇ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਜਿਸ ਨੂੰ ਬਚਾਉਣਾ ਪੈਂਦਾ ਵਿੱਚ ਅਗਲੀ ਫਿਰ ਕਿਤੇ ਜਾ ਕੇ ਦਰਜੇ ਉਹਦੇ ਨੇ ਵਿੱਚ ਜਾਗਦੇ ਰੰਨਾ ਸੱਚੀ ਆਖਦਾ ਹੈ ਲੋਕੋ ਪਿੰਡ ਵਾਲਾ ਨਾ ਜਗ ਦੀ ਬਣਾਉਣਾ ਨਹੀਂ ਸਾਰਾ ਨਾ ਜਗ ਦੀ ਬਣਾਉਣਾ ਨਹੀਂ ਸਾਰਾ ਇਸ ਦੁਨੀਆਂ ਦੇ ਵਿੱਚ ਕਹਿੰਦੇ ਨਾ ਪੈਦਾ ਕਰਨਾ ਬਹੁਤ ਵੱਡੀ ਗੱਲ ਹੈ ਮਿਲ ਗਈ ਵੱਡੀ ਮਿਹਨਤ ਕਰਨੀ ਪੈਂਦੀ ਹੈ ਪਰ ਫੈਸਲਾ ਕੀ ਹੈ ਵੀ ਇਹ ਬਣ ਲਿਆ ਤੇ ਮੂੰਹ ਦੀ ਲੀਮਾ ਅਗਲੀ ਮੈਚਰੀ ਯਾਰ ਮੀਨੀਆਂ ਦੇ ਮੂੰਹ ਝੋਲਾ ਤੇ ਚਾਂਦਨਾਵਾ ਰਾਣਾ ਕਲਾਬਾਦਰ ਤੇ ਦਸ਼ਮੇਸ਼ ਵਾਲਾ ਮਾਣੂਗੇ ਸੰਧੂ
ਇਹ ਸਾਰੀਆਂ ਟੀਮਾਂ ਪਹੁੰਚਣ। ਅਗਲੀ ਕਬੱਡੀ ਮਾਮਲੀ ਗੇਜੀ ਕਬੂਲਿਆਂ ਵਾਲਾ ਖੇਡ ਮਹਾਨ ਵਿੱਚ ਵਧਦਾ ਹੋਇਆ ਉਸਨੇ ਗੇਜੀ ਮੇਰੇ ਵੀਰ ਗੇਜੀ ਦੀ ਮਹਿਫਲ ਕਬੱਡੀ ਮਾਲਪੁਰੇ ਦਾ ਜਾਫੀ ਇਹ ਪੁਆਇੰਟ ਗੇਜੀ ਦੇ ਹਿੱਸੇ ਜੁੜਦਾ ਹੈ। ਜੱਸਾ ਅਗਲੀ ਕਬੱਡੀ ਮਾਮਲੀ ਫਿਰ ਵਧਦਾ ਹੋਇਆ ਜੱਸਾ ਆਇਆ ਕਬੱਡੀ ਖੇਡ ਗਰਾਊਂਡ ਦੇ ਵਿੱਚ ਜਿਹੜੇ ਕਾਸ਼ਮੀਰ ਅੱਜ ਇਸ ਕਬੱਡੀ ਟੂਰਨਾਮੈਂਟ ਤੇ ਪੁੱਜੇ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦੋਸਤੋ ਵੀ ਗੇਜੀ ਦੇ ਹਿੱਸੇ ਜੁੜਦਾ ਹੈ ਆਪਾਂ ਸਟੂਡੀਓ ਸਟੇਜ ਤੇ ਪਹੁੰਚੇ ਵਿੱਚ ਸਵਾਗਤ ਕਰਨਾ ਜਿਹਨਾਂ ਸਾਰਿਆਂ ਨੇ ਗੁਰਜੀਤ ਸਿੰਘ ਪ੍ਰਿੰਸੀਪਲ ਅਮਨਦੀਪ ਸਿੰਘ ਜੀ ਪਟਵਾਰੀ ਤੇ ਗੁਰਵੀਰ ਸਿੰਘ ਜੀ ਗੋਰੂ ਆਪਣੀ ਟੀਮ ਦੇ ਹਿੱਸੇ ਲੱਖਾਂ ਦਾ ਰਨ ਜੁੜੇਗਾ ਉਸ ਲਈ ਜੱਸਾ ਕਮਾਲ ਹੋ ਗਿਆ ਕਮਾਲ ਦੀ ਖੇਡ ਦਿਖਾਉਂਦਾ ਕਿ ਨਹੀਂ ਗੱਲ ਸਮਝਦੀ ਹੈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਿੰਘ ਫਸਲ ਦੇ ਮੁੰਡਿਆਂ ਦੇ ਨਾਲ ਹੀ ਹਿੰਮਤ ਗੁਰੇ ਦੇ ਨਾਲ
ਬਿੱਟੂ ਸਹਿਜੋ ਤੇ ਨਾਲ ਅਮਨ ਲੋਕੋ ਜੀ ਮੇਰੇ ਵੀਰੋ ਕੋਸ਼ਿਸ਼ ਕਰੇਗਾ ਗਬਰੂ ਮਨਾਨ ਦੇ ਵਿੱਚ ਵੱਧ ਕੇ ਕੋਸ਼ਿਸ਼ ਕਰਦਾ ਹੈ ਪ੍ਰਮਾਨ ਜਸਵਾਲ ਬਲਗਾ ਪਿੰਡ ਦਾ ਗਬਰੂ ਹੈ ਦੁਨੀਆ ਦੀਵਾਨੀ ਕੀਤੀ ਹੈ ਕਬੱਡੀ ਦੇ ਖੇਡ ਮੈਦਾਨਾਂ ਦੇ ਵਿੱਚ ਪਰਾ ਵੀ ਮੇਰੇ ਵੀਰ ਗੋਹਾ ਹੈ ਮਾਣੂ ਕੀ ਗਾਂ ਵਾਲੇ ਅਖਬਾਰ ਦੀ ਕਬੱਡੀ ਜੀ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਵਿੱਚ ਵਾਧਾ ਹੋਇਆ ਉਹਦੇ ਪਾਸੇ ਪਿੰਡ ਵੀ ਰਾਇਸਰ ਦੀ ਧਰਤੀ ਦਾ ਰਾਜਾ ਖੇਡ ਦੇ ਮੈਦਾਨ ਵਿੱਚ ਜੱਸਾ ਸੰਗਤ ਬੋਲੇ ਟੈਬੀ ਦਾ ਮੇਰੇ ਵੀ ਜਿੱਥੇ ਕਹਿੰਦੇ ਵੀ ਸੀਰੇ ਪਿੱਠੋਂ ਵੱਲ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਰੱਖਦਾ ਤੇ ਗੋਲਡ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਕੀਤੇ ਮੇਰੇ ਵੀ ਸੀਰੇ ਪਿੱਠੋਂ ਵਾਲੇ ਦੇ ਕਹਿੰਦੇ ਵੀ ਸੰਗਤ ਬੋਲੇ ਟੈਬੀ ਦੀ ਧਰਤੀ ਦੇ ਜੱਸੇ ਉਹਨਾਂ ਨੇ ਇਹਦੇ ਪਾਸੇ ਵੇਖਦਾ ਵੀ ਬੰਬੂ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਵਿੱਚ ਮੂਮ ਦੀ ਧਰਤੀ ਦਾ ਵਾਧਾ ਹੋਇਆ ਮੇਰੇ ਵੀਰ ਸ਼ਹੀਦ ਭਗਤ ਸਿੰਘ ਸਪੋਰਟਸ ਕਬੱਡੀ ਕਲੱਬ ਬਰਨਾਲੇ ਦੀ ਟੀਮ ਦਾ ਉਹਦੇ ਪਾਸੇ ਪੀਤੋ ਮੀਨੀਆ ਪਿੰਡ ਦਾ ਮੇਰੇ ਵੀਰ ਇਹ ਗੰਗੀ ਦੀਆਂ ਪਿੰਡਾਂ ਕੋਲ ਪਿੰਡ ਜੋਧਿਆ ਜਾਖੀ ਕਾਹਦਾ ਉਪਣਾ ਭਰਿੰਡ ਜੋਧਿਆ ਜੱਫੇ ਲਾਉਂਦਾ ਪੰਗੇ ਲੈਂਦਾ ਪਹਾੜਾਂ ਵੱਲ ਬਣ ਕੇ ਤਫਾਨ ਹੋਈ ਇਹ ਚਾਚਾ ਜਣਾਇਦਾ ਪਿੰਡ ਮੀਨੀਆ ਦਾ ਪੀਤੋ ਕਮਾਨ ਹੋਈ ਜਸਵਾਲ ਬੰਗਾ ਦੀ ਧਰਤੀ ਦਾ ਮਾਣ ਕਬੱਡੀ ਪਾ ਲਿਆ ਜਿਹੜੇ ਪਿੰਡ ਦਾ ਪਿੰਡੂ ਕਹਿੰਦੇ ਪੂਰੀ ਦੁਨੀਆ ਫੇਮਸ ਹੋਇਆ ਹੈ ਜਿੱਥੋਂ ਦੇ ਸੰਤਾਂ ਨਾਸੀ ਦੀ ਗੱਲ ਰੈਸਰ ਦੀ ਧਰਤੀ ਦਾ ਰਾਜਾ ਕੋਸ਼ਿਸ਼ ਕਰਦਾ ਹੈ ਕਿ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣਾ ਗੂਫੇ ਸੰਗੀਆਂ ਨੂੰ ਜਿੱਥੇ ਬਾਲ ਤਰਸਦੇ ਕੰਘੀਆਂ ਨੂੰ ਨੱਕ ਵਗਦੇ ਅੱਖਾਂ ਚੋਂਦੀਆਂ ਦੰਦ ਕਰੇੜੇ ਵਗਦਾ ਰਹੀ ਵੇ ਸੂਰ ਦੇ ਕਾਮੀਆਂ ਦੇ ਵਿਹੜੇ ਕਬੱਡੀ ਪਾਣੂ ਕੇ ਗਿੱਲ ਪਿੰਡ ਦਾ ਭੀ ਬੋੜਾ ਦਾ ਪਿੰਡਾ ਹੈ ਕਬੱਡੀ ਦੇ ਸਟਾਰਾਂ ਦਾ ਪਿੰਡਾ ਲੋਹੇ ਵਰਗੇ ਪੱਟਾਂ ਉੱਤੇ ਮਾਤ ਬੋਲੀ ਥਾਪੀ ਇੱਕ ਪਾਸੇ ਰੇਡ ਦੂਜੇ ਪਾਸੇ ਜਾਫੀ ਕਬੱਡੀ ਸਰਦਾਰ ਸੁਖਦੇਵ ਸਿੰਘ ਸੇਖੋਂ ਦਾ ਪੁੱਤਰ ਮੇਰੇ ਵੀਰ ਖੇਡ ਦੇ ਮੈਦਾਨ ਵਿੱਚ ਬੋਲ ਹੈ ਕਿ ਮਾਰੀਆਂ ਵਿੱਚ ਕਬੱਡੀ ਮੱਲਾਂ ਹੁੰਦੀਆਂ ਸੱਥਾਂ ਦੇ ਵਿੱਚ ਗੱਲਾਂ ਹੱਥ ਲਾ ਕੇ ਜਾਫੀ ਨੂੰ ਸੂਹ ਕਰਾ ਜਾਂਦਾ ਜੀ ਕਿ ਮੂੰਹ ਵਾਲਾ ਗੋਲਾ ਤੇ ਜੱਫਾ ਤਾਂ ਮਾ ਖਾਂਦਾ ਕਿਤੇ ਕਿਤੇ ਜੱਫਾ ਲੱਗਦਾ ਹੈ
ਇਸ ਨੌਜਵਾਨ ਨੂੰ ਵਾਰਡ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲ ਵੀ ਇਕਬਾਲ ਸਿੰਘ ਨੌਜਵਾਨਾਂ ਦੇ ਪਾਰਟ ਵੱਡੀ ਇਹਦੇ ਜਿੱਥੋਂ ਦਾ ਟੀਮ ਜਿੱਥੋਂ ਦਾ ਮਿਲ ਗਏ ਹੋ ਗਾਂਧੀ ਵਰਗੇ ਜੀਵਨ ਵਾਲੇ ਸੁਪਰ ਸਟਾਰ ਹੈ ਉਸੇ ਪਿੰਡ ਅਗਰ ਨੂੰ ਵਾਰਡ ਕਰਕੇ ਵਾਪਸ ਆਉਂਦਾ ਹੋਇਆ ਜਿੱਥੇ ਅਪਾਰ ਕਿਰਪਾ ਮਿਲ ਗਈ ਹੋ
ਦਫਲ ਖੇਡ ਦੇ ਮੈਦਾਨ ਵਿੱਚ ਦੀਖਾ ਝੋਲਣਾ ਪੈਂਦਾ। ਆ ਕਹਿੰਦੇ ਵੀ ਗੱਜਣ ਵਾਲੇ ਦੀ ਧਰਤੀ ਦਾ ਨੌਜਵਾਨ ਬਲਰਾਜ ਸਿੰਘ ਤਕੜਾ ਜਫਾ ਲਾ ਰਹੇ। ਚੱਲ ਵੀ ਜੱਸੀ ਨੌਜਵਾਨ ਹੈ ਪਾ ਕਬੱਡੀ ਦਰਸ਼ਕਾਂ ਦੀ ਜਾਣ ਕਰਨ ਲਈ ਦੱਸ ਰਹੀ ਵੀ ਝੋਲਣਾ ਦੀ ਟੀਮ ਪਿੰਡ ਵਾਲੇ ਪਾਸੇ ਹੈ ਤੇ ਦੋ ਨੰਬਰ ਗਾਉਣ ਵਾਲੀ ਸਾਈਡ ਝੋਲਣਾ ਦੀ ਟੀਮ ਆ ਤੇ ਚੰਦ ਪੁਰਾਣੇ ਦੀ ਟੀਮ ਹੈ ਪਿੰਡ ਵਾਲੀ ਸਾਈਡ ਆ ਤੇ ਜੱਸੀ ਚੰਦ ਪੁਰਾਣੇ ਦੀ ਧਰਤੀ ਦਾ ਮੇਰੇ ਵੀਰੋ ਕਬੱਡੀ ਪਾ ਰਹੇ ਤੇ ਹੈਪੀ ਝੋਲਣਾ ਪਿੰਡ ਦਾ ਮੇਰੇ ਵੀਰੋ ਕੋਸ਼ਿਸ਼ ਕਰਦਾ ਪਰ ਸਫਲਤਾ ਧਾਗੇ ਦੇ ਪੈਰ ਚੁੰਮ ਰਹੀ ਹੈ। ਜਾਨੀ ਦੀਪਿਆ ਨੌਜਵਾਨ ਹੈ ਪਾ ਕਬੱਡੀ ਖੇਡ ਦੇ ਮਨ ਵਿੱਚ ਦੀਪਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਦੀਪੇ ਦੀ ਕਬੱਡੀ ਪੈਂਦੀ ਹੈ ਝੋਲਣਾ ਵਾਲੇ ਨੌਈ ਹੁੰਦੀ ਹੈ ਔਰ ਚਾਰ ਜਾਫੀ ਸਾਹਮਣੇ ਮੇਰੇ ਵੀ ਕਮਾਲ ਦੀ ਕੋਸ਼ਿਸ਼ ਕਰਕੇ ਲੱਤੀ ਪੈ ਚੁੱਕੇ ਨੌਈਆਂ ਦੇ ਔਰ ਦੱਸੀ ਵੀ ਦੱਸੇ ਨੌਜਵਾਨ ਅੰਗ ਕਿਹੜੇ ਗੱਭਰੂ ਦੇ ਹਿੱਸੇ ਹੈ ਜਾਫੀ ਦੇ ਹਿੱਸੇ ਜੁੜ ਗਏ ਕੱਲੇ ਕੱਲੇ ਗੱਭਰੂ ਦੇ ਰੋਹ ਪੂਰਾ ਚੜਿਆ ਕੌਣ ਜਾਊ ਭੱਜ ਕੌਣ ਜਾਊ ਫੜਿਆ ਲੱਖ ਲੱਖ ਦੀ ਕੌਡੀਆਂ ਚ ਪਾਓ ਕੱਲਾ ਕੱਲਾ ਮਿੱਤਰੋ ਜਿਹੜੇ ਜਿਹੜੇ ਜਾਫੀ ਨੇ ਲਾਤਾ ਜਫਾ ਹੈ ਅੱਜ ਹੋਜੂ ਨਦੀ ਬੱਲੇ ਬੱਲੇ ਮਿੱਤਰੋ ਬੱਲੇ ਬੱਲੇ ਲੜੀਏ ਕਬੱਡੀ ਦੇ ਮੈਦਾਨਾਂ ਵਿੱਚ ਬੱਲੇ ਬੱਲੇ ਕਰਵਾਉਂਦੇ ਆ ਜੀ ਗੱਭਰੂ ਮੇਰੇ ਵੀਰੋ ਸੂਈ ਨਾਲ ਸਦਾ ਨਿਕਲੇ ਕੰਡਾ ਗੱਲ ਬਣਦੀ ਨੀ ਬਖਸ਼ੂਏ ਤੋਂ ਸੂਈ ਨਾਲ ਸਦਾ ਨਿਕਲੇ ਕੰਡਾ ਗੱਲ ਬਣਦੀ ਨੀ ਬਖਸ਼ੂਏ ਤੋਂ ਮਿਹਨਤ ਕੀਤਿਆਂ ਸਭ ਬਣ ਜਾਂਦਾ ਘਰ ਨੀ ਬਣਦਾ ਜੂਏ ਤੋਂ ਥਾਲ ਤੇ ਵੱਡੀ ਕੱਸੀ ਹੁੰਦੀ ਨਹਿਰ ਵੱਡੀ ਹੁੰਦੀ ਸੂਏ ਤੋਂ ਔਰਤ ਤੇ ਸਦਾ ਡਰਦਾ ਬੰਦਾ ਔਰਤ ਤੇ ਸਦਾ ਡਰਦਾ ਬੰਦਾ ਔਰਤ ਡਰਦੀ ਚੂਹੇ ਤੋਂ ਮੱਖਣ ਬਣਾਉਣਾ ਭਾਂਬੜ ਬਣਦਾ ਨਿੱਕੇ ਜਿਹੇ ਫਲੂਰੇ ਤੋਂ ਮੱਖਣ ਬਣਾਉਣਾ ਭਾਂਬੜ ਬਣਦਾ ਨਿੱਕੇ ਜਿਹੇ ਫਲੂਰੇ ਤੋਂ ਔਰ ਸਾਹਮਣੇ ਧਾਵੀ ਹਲਕਾ ਜਿਹਾ ਚੁੱਕਦਾ ਪਏ ਹਾਂਜੀ ਬੈਠਦੇ ਪੱਤਰਕਾਰ ਰਣਜੀਤ ਬਾਬਾ ਜੀ ਨੇ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦੇਣ ਆ ਰਹੇ ਹਾਂ ਪੱਤਰਕਾਰ ਰਣਜੀਤ ਸਿੰਘ ਜੀ ਬਾਬਾ ਸਾਡੀ ਪੰਜਾਬ ਦੇ ਪ੍ਰਧਾਨ ਜਗਮੋਹਨ ਸਿੰਘ ਜੀ ਕਲਾ ਦੇ ਕਮੇਟੀ ਮੈਂਬਰ ਚੱਲ ਵੀ ਜੱਸੀ ਨੌਜਵਾਨ ਪਾ ਕਬੱਡੀ ਖੇਡ ਦੇ ਮੈਦਾਨ ਵਿੱਚ ਜੱਸੀ ਮੇਰੇ ਵੀਰੋ ਚੰਦ ਪੁਰਾਣੇ ਦੀ ਧਰਤੀ ਦਾ ਗੱਭਰੂ ਕਬੱਡੀ ਪਾ ਰਿਹਾ ਹੈ ਚਾਰ ਜਾਫੀਆਂ ਦੇ ਵਿੱਚ ਵੇਖਣਾ ਵੀ ਪਿੰਦਰ ਹੈ ਨਾਲ ਕਾਲੇ ਵਰਗੇ ਮਨੂ ਵਰਗੇ ਮੇਰੇ ਵੀਰੋ ਹੈਪੀ ਵਰਗੇ ਜਿਹੜੇ ਪਿੰਡ ਦਾ ਪਿੰਡੀ ਜਿਹੜੇ ਪਿੰਡ ਦਾ ਸੋਨੀ ਝੋੜਾਂ ਦੀ ਧਰਤੀ ਦਾ ਸੁਪਰ ਸਟਾਰ ਮੇਰੇ ਵੀਰੋ ਡਫਲ ਉਸੇ ਪਿੰਡ ਦਾ ਦੀਪਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਵਿੱਚ ਵਾਧਾ ਹੋਇਆ ਇਹ ਹਰਜੀਤ ਬਰਾੜ ਦੀ ਸਟਾਈਲ ਸੁਣਾਉਂਦੀ ਸੁੱਖੀ ਪੱਟੇ ਦੀ ਦਰਸ਼ਨੀ ਬੋਲਦੀ ਕਾਲੂ ਜੱਸੂ ਕੱਕੂ ਦੀ ਭਾਜ ਰੋਮੀ ਚੰਨੇ ਕਹਿੰਦੇ ਬਿਹਾਰੀਪੁਰ ਦੀ ਜੋਖੀ ਹੈ ਡਾਜ ਧਰਤੀ ਹਾਵੇ ਦੁੱਲੇ ਦਾ ਕੰਪ ਅੰਬਰ ਨੂੰ ਸੋਵੇ ਸੋਨੂ ਦਾ ਜੰਪ ਗੁਲਾਲ ਕਰਾਉਣ ਦੀ ਮੜਮੜੀ ਚਾਲ ਤੇ ਲੱਲੀਆਂ ਦੇ ਸੰਦੀਪ ਦੀ ਉੱਚੀ ਸਾਲ ਵਿੱਚ ਦੁਨੀਆਂ ਦੇ ਮਸ਼ਹੂਰ ਹੈ ਕਿਹਦੇ ਵਿੱਚ ਕਿਹੜੀ ਖੂਬੀ ਆਪਾਂ ਦੱਸਣਾ ਜ਼ਰੂਰ ਹੈ ਕਿਹਦੇ ਵਿੱਚ ਕਿਹੜੀ ਖੂਬੀ ਪੂਰੀ ਲੱਗਦਾ ਚੰਗੇ ਆ ਜ਼ਰੂਰ ਪੂਰੀ ਨਾਲੇ ਦੌੜ ਲਾਈ ਨਹਿਰ ਦੇ ਕਿਨਾਰੇ ਨਾਲੇ ਡੰਡ ਕੱਢੇ ਹੋਣਗੇ ਇਸ ਖਿਡਾਰੀ ਦੀ ਖੇਡ ਖੇਡ ਕੇ ਪਿੰਡ ਪਿੰਡ ਝੰਡੇ ਕੱਢੇ ਹੋਣਗੇ ਬਾਕੀ ਪਿੰਡ ਪਿੰਡ ਝੰਡੇ ਕੱਢਦੇ ਆ ਮਾਣ ਕੇ ਸੰਧਵਾਲ ਦੌਰਾਂ ਦੀਆਂ ਟੀਮਾਂ ਤਿਆਰੀ ਕਰ ਲੈਣ ਅਗਲਾ ਮੈਚ ਦੋਨੇ ਟੀਮਾਂ ਦੇ ਦਰਮਿਆਨ ਬੜਾ ਤਕੜਾ ਖੇਡਿਆ ਜਾਣਾ ਹੈ ਦੋਨੇ ਟੀਮਾਂ ਤਿਆਰੀ ਕਰ ਲੈਣ ਮਾਣ ਕੇ ਸੰਧੂ ਔਰ ਦੌਰਾਂ ਦੀਆਂ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾਣਾ ਔਰ ਚੰਦ ਨਵਾਂ ਪਿੰਡ ਹੈ ਮਾਣ ਵਰਗੇ ਤੁਹਾਡੇ ਪਿੰਡ ਦੇ ਲਈ 75 ਕਿਲੋ ਭਾਰ ਵਰਗ ਦੇ ਵਿੱਚ ਖੇਡਦੇ ਤੇ ਉਸੇ ਪਿੰਡ ਦੀ ਟੀਮ ਕਬੱਡੀ ਦੇ ਮੈਦਾਨ ਵਿੱਚ ਪਾ ਵੀ ਦੀਪਿਆ ਹੋ ਜਾਂਦਾ ਹੈ ਕਬੱਡੀ ਖੇਡ ਮੈਦਾਨ ਦੇ ਵਿੱਚ ਦੀਪਾ ਉੱਚੇ ਲੰਮੇ ਕੱਦ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਵੇ ਭਗਤ ਸਿੰਘ ਦਾ ਚੜ੍ਹਦਾ ਫਾਂਸੀ ਦਾ ਦੁਨੀਆ ਚੇਤੇ ਕਰਦੀ ਰਾਣੀ ਝਾਂਸੀ ਕੌਣ ਕਹਿੰਦਾ ਜੇ ਵਿੱਚ ਮਦਾਨ ਨਾ ਲੜਦੀ ਕੱਚੇ ਘੜੇ ਦੀ ਗੱਲ ਨਾ ਤੁਰਦੀ ਜੇ ਸੋਹਣੀ ਚੜ੍ਹਾ ਨਾ ਤਰਦੀ ਰਾਂਝੇ ਦਾ ਇਤਿਹਾਸ ਨਾ ਹੁੰਦਾ ਜੇ ਹੀਰ ਇਸ਼ਕ ਨਾ ਕਰਦੀ ਗੁਰਦਾਸ ਮਾਨ ਨੇ ਗਾਉਣਾ ਨਹੀਂ ਸੀ ਜੇ ਕੱਲ੍ਹ ਨੂੰ ਤਾਕਤ ਨਾ ਫੜਦੀ
ਹਰਜੀਤ ਬਰਾੜ ਨੇ ਮਰਨਾ ਨਹੀਂ ਸੀ ਜੇ ਮੌਤ ਹੁੰਦੀ ਉਹਦੇ ਘਰ ਦੀ ਸਾਥੀ ਵਿੱਚ ਵਾਧਾ ਹੋਵੇ ਦਰਸ਼ਕ ਵੀ ਦੁਨੀਆ ਕਦੇ ਨਾ ਚੇਤੇ ਕਰਦੀ ਦੁਨੀਆ ਕਦੇ ਨਾ ਚੇਤੇ ਕਰਦੀ ਦੁਨੀਆ ਉਹਨਾਂ ਨੂੰ ਚੇਤੇ ਕਰਦੀ ਜਿਹਨਾਂ ਦੇ ਸਰਾਂ ਤੇ ਲਿਖੇ ਜਾਂਦੇ ਹੈ ਔਰ ਉੱਥੇ ਸਾਡਾ ਵੀਰ ਪੰਜਾਬ ਲਾਈਵ ਡਾਟ ਕਾ ਬੰਨ ਵਾਲਾ ਸਾਡਾ ਵੀਰ ਔਰ ਮੇਰੇ ਵੀਰ ਵਿਦੇਸ਼ਾਂ ਦਾ ਹੀ ਆਹ ਮੈਚਾਂ ਦੇ ਲੀਆ ਦੇ ਦਿਖਾ ਰਿਹਾ ਹੈ ਅਸੀਂ ਤਹਿ ਦਿਲ ਧੰਨਵਾਦ ਕਰਦੇ ਹਾਂ ਆਹ ਵੀ ਨੌਜਵਾਨ ਕਬੱਡੀ ਖੇਡ ਭਾਰਤ ਦੇ ਵਿੱਚ ਚੋੜਾਂ ਦੀ ਧਰਤੀ ਦਾ ਕਾਲਾ ਮੇਰੇ ਵੀਰ ਅਗਲੀ ਕਬੱਡੀ ਪਾ ਰਿਹਾ ਹੈ ਇੱਕ ਕਿਨੇਡਾ ਦੀ ਧਰਤੀ ਤੇ ਪੱਕੇ ਤੌਰ ਤੇ ਜਾ ਵਸਿਆ ਹੁਣ ਦੇਖਣਾ ਵੀ ਇਹ ਤੋਂ ਇਹ ਪਾਸੇ ਕਹਿੰਦੇ ਵੀ ਨੌਜਵਾਨ ਦਾ ਹੰਤ ਦਾ ਨਾਮ ਹੈ ਤੇ ਪਾਏ ਇੱਕ ਮੇਰੇ ਵੀਰ ਕਾਲਾ ਝੋੜਦਾ ਪੈਂਦਾ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਵਰਸੋਈ ਹੋਈ ਧਰਤੀ ਤੇ 7.5 ਲੱਖ ਪ੍ਰਾਣੀ ਨੂੰ ਅੰਮ੍ਰਿਤ ਛਕਾ ਕੇ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਤ ਕੀਤਾ ਹੈ ਮੇਰੇ ਵੀਰੋ ਸਲਾਮ ਹੈ ਉਸ ਧਰਤੀ ਨੂੰ ਇਧਰਲੇ ਪਾਸੇ ਚੱਸੀ ਅਗਲੀ ਕਬੱਡੀ ਚੰਦ ਪ੍ਰਾਣੀ ਦੀ ਧਰਤੀ ਦਾ ਮੇਰੇ ਵੀਰੋ ਪਾਉਣ ਦੇ ਲਈ ਵਾਧਾ ਹੋਇਆ ਇੰਦੂ ਭੀਮਾ ਕੋਹੋ ਲੱਕੀ ਜੱਟ ਕਰਾਲੀ ਦਾ ਅਲੀ ਮੰਗਾ ਤੇ ਦਾਰਾ ਵੀ ਜੱਫਾ ਖਾਨੋ ਵਾਲੀ ਦਾ ਦਸਨ ਦਾ ਸੀ ਰਾਣਾ ਬੰਦ ਵੀ ਕੀਤਾ ਖੇਲੀ ਦਾ ਸੀ ਗੁਰ ਦਾ ਪੱਕਾ ਸਵਾਨਾ ਮੀਕਾ ਯਾਰ ਨਵੇਲੀ ਦਾ ਇਹ ਮੇਲੀ ਜਗ ਕਿਸੇ ਗਾਉਂਦਾ ਦਿਲਦਾਰਾਂ ਦੀ ਖੇਡਣ ਜੋਰਾਂ ਨਾਲ ਕਬੱਡੀ ਪੁੱਛ ਰਹਾ ਹੁੰਦੀ ਚੱਲਦੇ ਮੈਚ ਦੇ ਵਿੱਚੋਂ ਚੰਦ ਪ੍ਰਾਣੀ ਦੀ ਟੀਮ ਜਿਹੜੀ ਜੇਤੂ ਟੀਮ ਹੈ ਜੀ ਚੰਦ ਪ੍ਰਾਣੀ ਦੀ ਚੱਲਦੇ ਮੈਚ ਦੀ ਜੇਤੂ ਟੀਮ ਹੈ ਦਰਸ਼ਕ ਵੀਰੋ ਦੁਨੀਆ ਦਾ ਮਹਾਨ ਥੰਗ ਪੁੱਜਿਆ ਮੇਰੇ ਵੀਰੋ ਰਿੰਦਰ ਸੌਦਰ ਤੇ ਨਾਲ ਪੀਤਾ ਪੁੱਜਿਆ ਮੇਰੇ ਵੀਰੋ ਆਓ ਸੋਹਣੇ ਅੰਦਰੇ ਉਹਦੀ ਸਲਤੇਰੀਆਂ ਦੁਨੀਆ ਦੇ ਸੁਪਰ ਸਟਾਰ ਪੁੱਜਿਆ ਚੌਧਰ ਧਰਤੀ ਦਾ ਮਾਣਾ ਪੁੱਜਿਆ ਮਾਣੂਗੇ ਸ਼ਮੂ ਤੇ ਬਾਦਲ ਦੀਆਂ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾਣਾ ਬੜਾ ਵਧੀਆ ਮੈਚ ਖੇਡਿਆ ਜਾਣਾ ਇਸ ਕਬੱਡੀ ਟੂਰਨਾਮੈਂਟ ਦਾ ਕੀਤਾ ਵੀ ਸਾਡਾ ਵੀਰ ਦਰਸ਼ਕਾਂ ਦੇ ਦੇਵੀ ਜੋ ਕਿ ਤਕੜਾ ਖੇਡਦਾ ਟੌਪ ਦਾ ਖਿਡਾਰੀ ਹੈ ਮੇਰੇ ਵੀਰੋ ਚੌਧਰ ਦੀ ਧਰਤੀ ਦੇ ਗੋਲਡ ਮੋਟਰਸਾਈਕਲ ਦੇ ਨਾਲ ਇਸ ਤਰ੍ਹਾਂ ਦੇਖਦਾ ਸੀ ਵੀ ਕਿ ਟੀਮ ਤਗੜੀ ਨਹੀਂ ਆ ਰਹੀ ਪਰ ਜਿਵੇਂ ਜਿਵੇਂ ਮੈਚ ਤਗੜੇ ਹੈ ਉਸੇ ਤਰ੍ਹਾਂ ਤਗੜੇ ਖਿਡਾਰੀ ਪੁੱਜ ਰਹੇ ਹੈ ਮਾਣ ਕੇ ਸੰਧੂ ਔਰ ਚੌਧਰ ਦੀਆਂ ਟੀਮ ਔਰ ਦੂਸਰੇ ਰਾਉਂਡ ਦੀਆਂ ਜਿਹੜੀਆਂ ਤਾਜ਼ਾ ਸਾਡੀ ਕਮੇਟੀ ਪਾ ਰਹੀ ਹੈ ਗਰਾਊਂਡ ਦੇ ਵਿੱਚ ਵੱਧ ਗਈ ਦਰਸ਼ਕ ਚੱਕਣਗੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰਦੇ ਤਾਈਆਂ ਦੇ ਰੌਲ ਦੇ ਕਿਉਂਕਿ ਗਰਾਊਂਡ ਦੇ ਵਿੱਚ ਪੈ ਰਹੀ ਹੈ ਪਹਿਲੀ ਕਬੱਡੀ ਗੁੱਗੂ ਦਾਦਰ ਪਿੰਡ ਦਾ ਪਾਉਣ ਦੇ ਲਈ ਵਾਧਾ ਹੋਇਆ ਇੱਕ ਬਲਵੰਤ ਸਿੰਘ ਗੁੱਗੂ ਖਿਮਤਪੁਰੀ ਆ ਪਰ ਮੇਰੇ ਵੀਰ ਗੁੱਗੂ ਨਾਲੀਆਂ ਦਾ ਦਾਦਰ ਵਾਲਾ ਬਹੁਤ ਹੀ ਸੋਹਣਾ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਫਿਰ ਆਹ ਨਾਲੀਆਂ ਵੀ ਕੈਨੇਡਾ ਵੀ ਖੇਡਿਆ ਇੰਗਲੈਂਡ ਵੀ ਖੇਡਿਆ ਸੋਨੀ ਮਾਣੂ ਕੇ ਸੋਨੂ ਪਿੰਡ ਹੈ ਨਾਲੀਆਂ ਦਾ ਔਰ ਸੋਨੀ ਦੇ ਨਾਂ ਨਾਲ ਦੁਨੀਆ ਜਾਣਦੀ ਹੈ ਸਾਹਮਣੇ ਸੋਨੀ ਦੀ ਕਬੱਡੀ ਪੈਂਦੀ ਹੈ ਔਰ ਚਾਰ ਅਫੀਲ ਵਿੱਚ ਉਹ ਦਾਦਰ ਵਾਲਾ ਨਾਲੀਆਂ ਦਾ ਸੋਨੀ ਨੂੰ ਕੌਣ ਡੱਕਦਾ ਹੈ ਨੱਥੂ ਕੇ ਪਿੰਡਾਂ ਦੇ ਜਿਹੜੀ ਨਾਲੀਆਂ ਦਾ ਹੈ ਸੋਨੀ ਮਰਗਬ ਨੂੰ ਡੱਕਣ ਦੀ ਕੋਸ਼ਿਸ਼ ਕਰਦਾ ਪਰ ਆਹ ਵੀ ਨਾਲੀਆਂ ਨੂੰ ਸੁਣਦੀ ਹੈ ਆਹ ਵੀ ਬੂਟੇ ਕਬੱਡੀ ਨਾਲੀਆਂ ਦਾ ਹੈ ਖੇਡ ਮੈਦਾਨ ਦੇ ਵਿੱਚ ਬੂਟਾ ਦਾਦਰ ਪਿੰਡ ਦਾ ਪਾਵਾ ਹੈ ਕਬੱਡੀ ਜਿੱਥੇ ਗੁਰਪ੍ਰੀਤ ਰਾਣਾ ਜੀ ਕੈਲਗਰੀ ਦੇ ਮੇਰੇ ਵੀਰੋ ਮਾਤਾ ਦੇ ਕੈਲਗਰੀ ਸ਼ਹਿਰ ਦੇ ਵਿੱਚ ਵੱਸਦੇ ਹੈ ਫਿਰ ਕਬੱਡੀ ਦੇ ਨਾਲ ਮੇਰੇ ਵੀਰੋ ਪਿਆਰ ਹੈ ਜਨੂਨ ਹੈ ਇਧਰਲੇ ਪਾਸੇ ਉਸੇ ਪਿੰਡ ਦਾ ਗੱਭਰੂ ਬੂਟਾ ਮੇਰੇ ਵੀਰੋ ਪਾਉਣ ਲੱਗੇ ਵਾਪਸ ਆਉਂਦਾ ਹੋਇਆ ਚੱਲ ਵੀ ਨੌਜਵਾਨਾਂ ਆਪ ਕਬੱਡੀ ਜਸਮੇਲ ਸਿੰਘ ਮੇਰੇ ਵੀਰੋ ਜੱਸਾ ਵੀ ਕਬੱਡੀ ਖੇਡ ਦੇ ਮੈਦਾਨ ਵਿੱਚ ਪਾਉਂਦਾ ਹੋਇਆ ਉਹਦੇ ਪਾਸੇ ਦੇਖਣਾ ਵੀ ਕਿ ਜਾਫੀਆਂ ਚੋਂ ਜਾਫੀਆਂ ਤੋਂ ਜਾਫੀਆਂ ਟਿਕਾਣੇ ਦਾ ਕਿ ਵੇਖਣ ਵਾਲਾ ਜੱਫਾ ਜਦੋਂ ਦੌਦਰ ਦੇ ਮਾਣੇ ਦਾ ਇਹ ਆ ਮੇਰੇ ਵੀਰੋ ਮਾਣਾ ਦੌਦਰ ਦੀ ਧਰਤੀ ਦਾ ਮੇਰੇ ਵੀਰੋ ਇਹ ਗੱਪਾਂ ਤੇ ਹਰਜੀਤ ਐਂਡ ਤਲਵਾਰ ਕਲੱਬ ਮੇਰੇ ਵੀਰੋ ਜਗਰਾਓਂ ਦੀ ਟੀਮ ਦਾ ਸਿਰੇ ਦਾ ਖਿਡਾਰੀ ਹੈ ਗੱਗੂ ਅਗਲੀ ਕਬੱਡੀ ਪਾ ਲਿਆ ਮੇਰੇ ਵੀਰੋ ਦੌਦਰ ਦੀ ਧਰਤੀ ਦਾ ਗੱਗੂ ਚਾਰ ਜਾਫੀਆਂ ਦੇ ਗੋਲੇ ਹੋਏ ਭਾਵ ਇਸ ਨੌਜਵਾਨ ਦਾ ਸਾਹਮਣੇ ਕਹਿੰਦੇ ਗੁੱਗੂ ਦੀ ਕਬੱਡੀ ਹੈ
ਦੁਨੀਆਂ ਦੀਵਾਨੀ ਕੀਤੀ ਹੈ। ਬਲਵੰਤ ਸਿੰਘ ਗੁੱਗੂ ਨੇ ਮਾਰਾ ਗੁੱਗੂ ਮੇਰੀ ਵੀ ਉੱਠੀ ਪੈ ਗਈ ਨੌਜਵਾਨ ਉੱਠੀ ਪੈ ਗਈ। ਕੋਈ ਗੁੱਟ ਫੜਦਾ ਫੜਕ, ਕੋਈ ਗੁੱਟ ਦਾ ਫੜਕ, ਕੋਈ ਲੱਤੀ ਮਾਰਦਾ ਆਪਣੇ ਦਾ ਨਾਲ ਹਰ ਕੋਈ ਫੜਿਆ ਹੈ। ਆ ਵੀ ਸੋਝੀ ਨੌਜਵਾਨ ਹੈ ਕਬੱਡੀ ਖੇਡ ਮੈਦਾਨ ਦੇ ਵਿੱਚ ਕਬੱਡੀ ਦੇ ਮੈਦਾਨਾਂ ਵਿੱਚ ਪਰ ਨੌਜਵਾਨ ਸੋਨੀ ਬਹੁਤ ਹੀ ਸੋਹਣਾ ਕਬੱਡੀ ਟੀਮ ਦੇ ਹਿੱਸੇ ਜੁੜ ਲੱਗੇ। ਬੂਟਾ ਨਾਲ ਨੌਜਵਾਨ ਹੈ, ਬੂਟਾ ਨਾਲ ਬੜਾ ਪਿਆਰਾ, ਪਿਛਲਾ ਸੀਜ਼ਨ ਬੜਾ ਸੋਹਣਾ ਖੇਡਿਆ ਨੌਜਵਾਨ ਬੂਟਾ ਬਾਲ ਮਾਰ ਔਰ ਸਾਹਮਣੇ ਜਸਪਾਲ ਮੇਰੀ ਵੀ ਬਹੁਤ ਹੀ ਸੋਹਣਾ ਕਬੱਡੀ ਟੀਮ ਦੇ ਹਿੱਸੇ ਜੁੜ ਗੁੱਗੂ ਨਾ ਬੜਾ ਪਿਆਰ ਹੈ ਔਰ ਕਬੱਡੀ ਬੜੀ ਸੋਹਣੀ ਪਾਉਂਦਾ ਮੇਰੀ ਵੀ ਸੋਨੀ ਗੁਰਜੀਤ ਗੁਰਜੀਤ ਹੀ ਕੀਤੀ ਔਰ ਬਿਲਕੁਲ ਸੋਨੀ ਨੇ ਉਂਗਲ ਖੜੀ ਕੀਤੀ ਹੈ ਜਿਹੜਾ ਮਾਣੂਕਿਆਂ ਦਾ ਬੂਟੇ ਦੀ ਕਬੱਡੀ ਪੈਦੀ ਹੋਈ ਔਰ ਮੇਰੇ ਵੀ ਫਿਕਰ ਬੜੀ ਹੈ ਰੱਖੀ ਦੇ ਨਾਲ ਕੋਈ ਰਿਸ਼ਤੇਦਾਰੀ ਹੈ ਸਵਾਲ ਦੀ ਔਰ ਬੂਟਾ ਸਾਹਮਣੇ ਪਿੰਡ ਵਾਲਾ ਨੌਜਵਾਨ ਬਹੁਤ ਹੀ ਸੋਹਣਾ ਅੱਗੇ ਜੁੜਦਾ ਹੋਇਆ ਨਾਲ ਦੇਖੀ ਵੀ ਜਸਪਾਲ ਕਬੱਡੀ ਜਸਪਾਲ ਨੌਜਵਾਨ ਦੀ ਔਰ ਫਰਕ ਅਗਲੀ ਗੱਲ ਕਰੇਗੀ ਜਸਪਾਲ ਅਗਲੀ ਕਬੱਡੀ ਖੇਡ ਦੇ ਮਾਣ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਕਿ ਪੀਆ ਪਾ ਕੇ ਲੱਗਦੀ ਸਰੋਂ ਦਾ ਫੁੱਲ ਤੇ ਲਾਲ ਪਾ ਕੇ ਲੱਗਦੀ ਗੁਲਾਬ ਨਹੀਂ ਪੰਜਾਬ ਨੇ ਨਿੰਗੋ ਤੇਰਾ ਜੱਗ ਦੇ ਜਵਾਬ ਨਹੀਂ ਪੰਜਾਬ ਨੇ ਤਾਂ ਫਿਰ ਵੇਖਦਾ ਵੀ ਉਧਰੇ ਪਾਸੇ ਕਹਿੰਦੇ ਵੀ ਨੱਥੋਂ ਤੇ ਪਿੰਡ ਦਾ ਨੌਜਵਾਨ ਸੋਨੀ ਟੱਕ ਪਾਊ ਕਿ ਨਹੀਂ ਮਿੱਤਰੋ ਗੱਲ ਵੱਖਰੀ ਹੈ ਲਫ਼ਜ਼ ਲੱਗਿਆ ਹੋਇਆ ਦੋਨੋਂ ਖਿਡਾਰੀਆਂ ਦਾ ਜੋਰ ਖੁੱਲੇ ਖਿਡਾਰੇ ਦੇ ਪੁਆਇੰਟ ਮੇਰੇ ਵੀ ਜਾਫੀ ਦੇ ਹਿੱਸੇ ਜੁੜਿਆ ਪੁਆਇੰਟ ਕਹਿੰਦੇ ਵੀ ਨੱਥੋਂ ਕੇ ਵਾਲਾ ਸੋਨੀ ਆਪਣੀ ਟੀਮ ਦੇ ਹਿੱਸੇ ਜੋੜ ਰਿਹਾ ਚੱਲ ਵੀ ਗੱਗੂ ਨੌਜਵਾਨ ਹੈ ਪਰ ਸੋਹਣਿਆ ਕਬੱਡੀ ਅਗਲੀ ਕਬੱਡੀ ਗੱਗੂ ਮੇਰੇ ਵੀਰੋ ਪਾਉਣ ਦੇ ਲਈ ਖੇਡ ਦੇ ਮੈਦਾਨ ਵਿੱਚ ਵਧਿਆ ਹੋਇਆ ਚਾਰ ਜਾਫੀ ਤਿਆਰ ਨੇ ਹੁਣ ਵੇਖਣਾ ਵੀ ਕਿਹੜਾ ਨੌਜਵਾਨ ਲੱਤੀ ਲੱਗਦਾ ਹੈ ਕਿਹੜਾ ਗੁੱਟ ਫੜਦਾ ਕਿਹੜਾ ਮੂਹਰੇ ਖੜਾ ਟਾਈਮ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜਦਾ ਹੈ ਪੈਂਦੀ ਹੋਈ ਕਬੱਡੀ ਹੈ 30 ਸੈਕਿੰਡ ਦੀ ਕਬੱਡੀ ਟਿਕਟ ਹੋ ਗਈ ਮਿੱਤਰੋ ਹੁਣ ਵੇਖਦੇ ਵੀ ਸਮਾਂ ਬੀਤਦਾ ਜਾ ਰਿਹਾ ਹੈ ਦੂਸਰੇ ਪਾਸੇ ਮੇਰੇ ਵੀਰੋ ਪੰਡਤ ਦੀ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਮੇਰੇ ਵੀਰੋ ਧਾਵੀ ਦੇ ਹਿੱਸੇ ਜੁੜਿਆ ਚੱਲ ਵੀ ਨੌਜਵਾਨ ਹੈ ਆ ਗੱਭਰੂ ਹੈ ਕਬੱਡੀ ਔਰ ਸਾਹਮਣੇ ਕਿਹੜੀ ਮਾਰੂਕਿਆ ਵਾਲਾ ਨੌਜਵਾਨ ਕਬੱਡੀ ਪਾਉਂਦਾ ਹੋਵੇ ਔਰ ਚਾਰ ਜਾਫੀਆਂ ਵਿੱਚੋਂ ਕਿਹੜਾ ਨੌਜਵਾਨ ਵੱਧ ਕੇ ਕੋਸ਼ਿਸ਼ ਕਰਦਾ ਹੈ ਦਿਲ ਵਿੱਚ ਅੱਜ ਇੱਛਾ ਪੂਰਾ ਜੋਸ਼ ਭਰਿਆ ਹੈ ਦਿਲ ਵਿੱਚ ਅੱਜ ਪੂਰਾ ਜੋਸ਼ ਭਰਿਆ ਹੈ
ਕਿਹੜੇ ਹੌਸਲਾ ਨੇ ਪੂਰਾ ਕਰਿਆ। ਅੱਜ ਫੋਟਾ ਕੱਪ ਅੱਜ ਚੁੱਕਣਾ ਜ਼ਰੂਰ ਹੈ, ਦਿਲ ਵਿੱਚ ਅੱਜ ਸ਼ਰਧਾਰੀ ਸਭ ਲੱਗੇ, ਅੱਜ ਮੇਰਾ ਲੁੱਟਣਾ ਜ਼ਰੂਰ ਹੈ, ਸਭ ਲੱਗੇ ਮੇਰਾ ਅੱਜ ਲੁੱਟਣਾ ਜ਼ਰੂਰ ਹੈ। ਸਾਹਮਣੇ ਕੱਪ ਪਾਏ ਕਬੱਡੀ ਕੱਪ ਦੇ ਖੁਸ਼ੀ ਜਿੱਤਦੇ ਹਰਜਨ, ਸਾਹਮਣੇ ਬੂਟਾ ਮੁੜ ਕੇ ਮੁੜ ਕੇ ਖੜ ਪਿਆ, ਔਰ ਚਾਰ ਜਾਫੀਆਂ ਵਿੱਚੋਂ ਕਿਹੜਾ ਹਰਜਨ ਵੱਧ ਕੇ ਕੋਸ਼ਿਸ਼ ਕਰਦਾ ਇਸ ਹਰਜਨ ਨੂੰ ਡਿੱਗਣ ਦੀ, ਔਰ ਚਾਰ ਜਾਫੀਆਂ ਦੀ ਟਾਪ ਲੈਣ ਹੈ ਮੇਰੀ ਵੀਰੋ, ਬੂਟਾ ਅੱਜ ਜਲਦੀ ਆ ਕੇ ਤਾਈਆਂ ਤਾਂਗੀਆਂ ਪਾ ਗਈ ਟੀਮ ਜਿਹੜੀ ਗਰਾਊਂਡ ਦੇ ਵਿੱਚ ਸਾਰ ਸਕੀਏ, ਤਾਈਆਂ ਜਲਦੀ ਨਾਲ ਦੋ ਟੀਮਾਂ ਦੀਆਂ ਤਾਈਆਂ ਕੱਢ ਕੇ ਉਸ ਤੋਂ ਬਾਅਦ ਅਗਲੀ ਮੈਚ ਤਿਆਰ ਕਰ ਲਿਓ ਤੇ ਸੋਹਣੀ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਵਿੱਚ। ਮੈਚ ਸਮਾਪਤ ਹੈ, ਕੱਲ ਦੇ ਮੈਚ ਦੇ ਵਿੱਚੋਂ ਦੋਧਰ ਦੀ ਟੀਮ ਰਾਣਾ ਕਲੱਬ ਦੋਧਰ ਦੀ ਟੀਮ ਕੱਲ ਦੇ ਮੈਚ ਦੀ ਜੇਤੂ ਟੀਮ ਹੈ। ਟੀਮ ਜਲਦੀ ਨਾਲ ਕਬੱਡੀ ਦੇ ਮੈਦਾਨ ਵਿੱਚ ਆ ਜਾਏ। ਧੂਰਕੋਟ ਰਸ਼ੀਦ ਦੇ ਚੰਦ ਪ੍ਰਾਣ ਪਹਿਲਾ ਮੈਚ ਆ, ਆਪਾਂ ਵੱਧ ਤੋਂ ਵੱਧ ਇਸ ਗੱਭਰੂ ਦਾ ਮਾਣ ਸਨਮਾਨ ਕਰਨਾ। ਜਦੋਂ ਮੇਰੇ ਵੀਰੋ 2 ਮਿੰਟ ਧੂਰਕੋਟ ਰਸੀਦ ਤੇ ਚੰਦ ਪ੍ਰਾਣੀ ਦੀ ਟੀਮ ਦੇ ਲਈ, ਨੌਜਵਾਨ ਦੇ ਲਈ ਮੇਰੇ ਵੀਰੋ ਚਾਂਗਲੀ ਤੇ ਠੀਕਰੀ ਵਾਲ ਟੂਰਨਾਮੈਂਟ ਤੇ ਪੁੱਜਿਆ ਹੋਇਆ ਕਿਉਂਕਿ ਮੈਚ ਜਿਹੜਾ ਲਿਸਟ ਤੇ ਨਹੀਂ ਪਹੁੰਚਿਆ ਸੀ, ਇਸ ਕਰਕੇ ਲੇਟ ਹੋ ਗਿਆ। ਜਲਦੀ ਨਾਲ ਚਾਂਗਲੀ ਦੀ ਟੀਮ ਕਬੱਡੀ ਦੇ ਮੈਦਾਨ ਵਿੱਚ ਆ ਜਾਵੇ। ਚਾਂਗਲੀ ਠੀਕਰੀ ਵਾਲ ਦੀ ਟੀਮ ਕਬੱਡੀ ਦੇ ਮੈਦਾਨ ਵਿੱਚ ਆ ਗਈ, ਚਾਂਗਲੀ ਜਲਦੀ ਨਾਲ ਆ ਜਾਵੇ। ਚਾਂਗਲੀ ਦੀ ਟੀਮ ਜਲਦੀ ਨਾਲ ਗਰਾਊਂਡ ਦੇ ਵਿੱਚ ਪੁੱਜੇ। ਬੜਾ ਵਧੀਆ ਮੈਚ ਖੇਡਿਆ ਜਾਣਾ ਦੋਨੋਂ ਟੀਮਾਂ ਦੇ ਦਰਮਿਆਨ, ਜਿੱਥੇ ਮੇਰੇ ਵੀਰੋ ਕੀ ਬਸਾਇਆ ਨੇ ਦੀ ਧਰਤੀ ਦਾ ਪੁੱਜਿਆ ਮੇਰੇ ਵੀਰੋ, ਵੱਡੇ ਮਾਣ ਵਾਲੀ ਗੱਲ ਹੈ ਟੌਪ ਦਾ ਖਿਡਾਰੀ। ਚਾਂਗਲੀ ਦੀ ਟੀਮ ਲਈ ਸਿਰਫ 2 ਮਿੰਟ ਦੀ ਕਾਲ ਹੈ। ਬੱਬੀ ਚੜੇ ਕਮਾਨ ਕਰਦਾ ਮੇਰੇ ਵੀਰੋ ਸਰਦਾਰ ਸੂਖਾ ਸਿੰਘ ਦੇ ਪੁੱਤਰ ਦੇ, ਮੇਰੇ ਵੀਰੋ ਕੀ ਬਸਾਇਆ ਨੇ ਮਿਲਦਾ ਤੇ ਨਾਲ ਸੂਖੇ ਵਰਗੇ ਮੇਰੇ ਵੀਰੋ ਕੈਨੇਡਾ ਦੀ ਇੰਗਲੈਂਡ ਦੀ ਧਰਤੀ ਤੇ ਬਾਹਰ ਸਭ ਕਬੱਡੀ ਕਲੱਬ ਦੇ ਖੇਡਿਆ ਨੌਜਵਾਨ ਚੀਨਾ ਸੁਖਾ ਦੋਧੋ ਕਰਦੀ ਸਹਿਜੇ ਮਿਲਦਾ ਮੇਰੇ ਵੀਰੋ ਸਖਰ ਖਿਡਾਰੀ ਹੁੰਦੇ ਹੈ। ਤੇ ਮੇਰੀ ਬੇਨਤੀ ਹੈ ਵੀ ਚਾਂਗਲੀ ਦੀ ਧਰਤੀ ਦਾ ਚੈਨ ਆਪਣੀ ਟੀਮ ਲੈ ਕੇ ਖੇਡਿਆ ਤਾੜੀ ਰੱਖੇ ਦੇ ਨਾਲ ਤੇ ਮੇਰੇ ਵੀਰੋ ਚਾਂਗਲੀ ਦੀ ਟੀਮ ਜਲਦੀ ਨਾਲ ਕਬੱਡੀ ਦੇ ਮੈਦਾਨ ਵਿੱਚ ਆਵੇ। ਚਾਂਗਲੀ ਪਹਿਲਾ ਮੈਚ ਬਰਨਾਲਾ ਤੇ ਕਪੂਰੇ ਮੂਮ ਤੇ ਰਾਣਾ ਕਲੱਬ ਦੋਧਰ, ਮੂਮ ਤੇ ਰਾਣਾ ਕਲੱਬ ਦੋਧਰ ਬਰਨਾਲਾ ਤੇ ਕਪੂਰੇ ਇਹ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ। ਬਰਨਾਲਾ ਤੇ ਕਪੂਰੇ, ਰਾਣਾ ਕਲੱਬ ਦੋਧਰ ਤੇ ਮੂਮ, ਬੜਾ ਵਧੀਆ ਮੈਚ ਲੱਗਣਾ ਹੈ ਮੇਰੇ ਵੀਰੋ। ਇਹ ਕੀ ਦੀਆਂ ਪੱਟਾਂ ਤੇ ਅੱਜ ਹੋਰ ਪਹਿਲਾਂ ਪਾਊ ਦੌੜਿਆਂ ਤੇ ਬੱਟੂ, ਅੱਜ ਸ਼ੇਰ ਕੀ ਦੇ ਘੂਰੀਆਂ ਵਧੀਆ ਖਿਡਾਰੀ ਦਾ ਖਿਤਾਬ ਵੀ ਦੇ ਹਿੱਸੇ ਆਉਣਾ ਕਿ ਹੋਣੀਆਂ ਨੇ ਆਸਾਂ ਕਿਸ ਕਿਸ ਦੀਆਂ ਪੂਰੀਆਂ ਤੇ ਖਹਿਰਿਆਂ ਦਾ ਜਿੰਨੂੰ ਕਦੇ ਅੱਜ ਪਤਾ ਲੱਗਣਾ ਏ ਕਿ ਚੁੰਘ ਦਾ ਲਿਆ ਏ ਕਿਹੜਾ ਕਿਹੜਾ ਮੱਝਾਂ ਗੋਰੀਆਂ ਤੇ ਚੁੰਘ ਦਾ ਲਿਆ ਏ
ਹਾਕੀ ਦਾ ਜਗੂਰੀ ਆ ਮੇਰੀ ਬੇਨਤੀ ਕਬੂਲ ਹੈ ਤੇ ਬਰਨਾਲਾ ਮੇਰੇ ਵੀਰ ਉਹ ਦੂਸਰੇ ਰਾਉਂਡ ਦਾ ਜਿਹੜਾ ਪਹਿਲਾ ਮੈਚ ਖੇਡਿਆ ਜਾਣਾ ਹੈ ਨਾਲ ਹੀ ਰਾਣਾ ਦਾ ਬਦੌਦਰ ਤੇ ਹੂਮ ਇਹ ਵੀ ਟੀਮਾਂ ਜੰਗ ਨਾਲ ਤਿਆਰੀ ਫੜਦੀ ਫੀਲਡ ਦੇ ਮੈਦਾਨ ਵਿੱਚ ਆ ਜਾਣਗੀਆਂ ਟੀਮਾਂ ਜਾਂਦੀਆਂ ਗਰਾਊਂਡ ਦੇ ਵਿੱਚ ਆ ਜਾਣ ਸਮੂਹ ਨੇ ਬਰਨਾਲਾ